ਅੱਜ ਪੰਜਾਬ ਪੁਲਿਸ ਬੇਬਸ ਹੋਈ ਬੈਠੀ ਹੈ, ਗੈਂਗਸਟਰਸ ਰਨ ਕਰ ਰਹੇ ਆ ਸਟੇਟ, ਗੈਂਗਸਟਰਸ ਐਕਸਟੋਰਸ਼ਨ ਕਰ ਰਹੇ ਆ। ਤੁਸੀਂ ਕਿਸੇ ਵੀ ਮੰਡੀ ਪੰਜਾਬ ਚਲੇ ਜਾਓ, ਕਿਸੇ ਵੀ ਬਿਜ਼ਨਸਮੈਨ ਨੂੰ ਪੁੱਛ ਲਓ, ਸਾਰਿਆਂ ਨੂੰ ਐਕਸਟੋਰਸ਼ਨ ਥ੍ਰੈਟਸ ਆਈਆਂ, ਸਾਰਿਆਂ ਨੇ ਐਕਸਟੋਰਸ਼ਨ ਦਾ ਪੈਸਾ ਦਿੱਤਾ। ਜਿਹੜੇ ਪੰਜਾਬ ਦੇ ਸਿਟੀਜ਼ਨ ਹੈ ਉਹਨਾਂ ਦਾ ਭਰੋਸਾ ਪੰਜਾਬ ਪੁਲਿਸ 'ਤੇ ਉੱਤਰ ਗਿਆ, ਕਿਉਂਕਿ ਪੰਜਾਬ ਪੁਲਿਸ ਦੇ ਜੇ ਤੁਸੀਂ SSP ਨਾਲ ਗੱਲ ਕਰੋ, SP ਨਾਲ ਗੱਲ ਕਰੋ, ਉਹ ਵੀ ਬੇਬਸ ਹੋ ਗਏ ਆ। ਆ ਸਾਰਾ ਰੈਕਟ ਜਿਹੜੇ ਗੈਂਗਸਟਰਸ ਹੈ ਆ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਰਨ ਕਰ ਰਹੇ ਆਪਣਾ ਬਿਜ਼ਨਸ ਐਮਪਾਇਰ ਅੰਡਰ ਦਾ ਪੇਟਰਨੇਜ ਆਫ ਦਾ ਜੇਲ੍ਹ ਮਿਨਿਸਟਰ ਸੁੱਖੀ ਰੰਧਾਵਾ, ਜਿਹੜਾ ਬਟਿਆਲੇ ਡੇਰਾ ਬਾਬਾ ਨਾਨਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਮਰਡਰ ਹੋਇਆ, ਬਰੂਟਲ ਮਰਡਰ ਹੋਇਆ, ਸ਼ੋ ਕੀਤਾ ਗਿਆ ਕਿ ਗੁਆਂਢੀ ਗੁਆਂਢੀ ਦੀ ਲੜਾਈ ਸੀ, ਪਰ ਨਹੀਂ, ਕਿਉਂਕਿ ਉਹ ਸੁੱਖੀ ਰੰਧਾਵੇ ਦੇ ਖਿਲਾਫ ਡਟ ਕੇ ਲੜਾਈ ਲੜਦਾ ਸੀ ਤੇ ਸੁੱਖੀ ਰੰਧਾਵਾ ਨੇ ਆਪਣੇ ਸਾਥੀ ਜੱਗੂ ਭਗਵਾਨਪੁਰੀਆ, ਸੁੱਖੀ ਰੰਧਾਵਾ ਦਾ ਸ਼ੂਟਰ ਹੈ, ਮੈਂ ਤੁਹਾਨੂੰ ਸਹੀ ਦੱਸਾਂ, ਜੱਗੂ ਭਗਵਾਨਪੁਰੀਏ ਦੀ ਮਦਰ ਕਾਂਗਰਸ ਦੀ ਪੰਚ ਹੈ, ਉਹਦਾ ਦੂਜਾ ਰਿਸ਼ਤੇਦਾਰ ਕਾਂਗਰਸ ਦਾ ਬਲਾਕ ਸਮਿਤੀ ਦਾ ਚੇਅਰਮੈਨ ਹੈ। ਸੁੱਖੀ ਰੰਧਾਵਾ ਜੇਲ੍ਹ ਮਿਨਿਸਟਰ, ਤੁਸੀਂ ਵੀਡੀਓ ਦੇਖੀ ਹੋਣੀ ਹੈ ਕਿਵੇਂ ਆ ਗੈਂਗਸਟਰ ਜਿੰਨੇ ਹੈ ਜੇਲ੍ਹਾਂ ਵਿੱਚ ਕਿਵੇਂ ਧਮਕੀਆਂ ਦਿੰਦੇ ਆ, ਕਿਵੇਂ ਮੋਬਾਈਲ 'ਚ ਗੱਲ ਕਰ ਰਹੇ ਆ, ਕਿਵੇਂ ਜਨਮ ਦਿਨ ਮਨਾ ਰਹੇ ਆ। ਜਿਹੜੀ ਵੱਡੀ ਗੱਲ ਹੈ, ਪੁਲਿਸ ਨੇ ਆਪ ਐਡਮਿਟ ਕੀਤਾ, ਸਾਰੇ ਪੁਲਿਸ SSP ਨੇ ਆਪ ਓਫਿਸ਼ਲੀ ਥਰੂ ਮੀਡੀਆ ਐਡਮਿਟ ਕੀਤਾ ਕਿ ਜਿਹੜਾ ਡਰੱਗ ਕਾਟੇਲ ਹੈ, ਡਰੱਗ ਮਾਫੀਆ ਹੈ, ਇਹ ਜਿਹੜਾ ਐਕਸਟੋਰਸ਼ਨ ਜਿਹੜਾ ਗੇਮ ਚੱਲ ਰਹੀ ਹੈ, ਸਾਰੇ ਗੈਂਗਸਟਰ ਜੇਲ੍ਹਾਂ 'ਚੋਂ ਕਰ ਰਹੇ ਆ। ਅਤੇ ਵੱਡੀ ਗੱਲ ਹੈ ਕਿ ਜੇਲ੍ਹ ਮਿਨਿਸਟਰ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਿਹਾ। ਤੁਸੀਂ ਹੈਰਾਨੀ ਇਹਨਾਂ ਦੀ ਦੇਖੋ, ਗੱਟਸ ਦੇਖੋ ਇਹਨਾਂ ਦੇ। ਸਾਡੇ ਇਲੈਕਟਡ MLA ਸ਼੍ਰੋਮਣੀ ਅਕਾਲੀ ਦਲ BJP ਦੇ ਇਲੈਕਟਡ MLA DGP ਕੋਲ ਗਏ, DGP ਨੂੰ ਰਿਪ੍ਰਜੈਂਟੇਸ਼ਨ ਦੇਣ ਗਏ ਕਿ ਜਦੋਂ ਅਸੀਂ ਗੈਂਗਸਟਰਾਂ ਦੇ ਖਿਲਾਫ ਸਾਡੇ MLA ਲੀਡਰਾਂ ਨੇ ਆਵਾਜ਼ ਉਠਾਈ ਤੇ ਗੈਂਗਸਟਰਾਂ ਨੇ ਜੇਲ੍ਹ 'ਚੋਂ ਥ੍ਰੈਟ ਦਿੱਤੀ, ਫੋਟੋ ਟੈਗ ਕਰਕੇ ਥ੍ਰੈਟ ਦਿੱਤੀ। ਜੋ DGP ਨੂੰ ਅਸੀਂ ਜਦੋਂ ਕਿਹਾ, DGP ਨੇ ਕਿਹਾ ਅਸੀਂ ਚਲੋ ਮੈਂ ਇਨਵੈਸਟੀਗੇਸ਼ਨ ਕਰਦਾ, 2 ਘੰਟੇ ਬਾਅਦ ਇੱਕ ਪੰਜਾਬ ਦਾ IG ਇਹਨਾਂ ਨੂੰ ਕਲੀਨ ਚਿੱਟ ਦੇ ਰਿਹਾ। ਕਬੱਡੀ ਫੈਡਰੇਸ਼ਨ ਪੰਜਾਬ ਦੀ, ਇੰਡੀਆ ਨੇ ਪੰਜਾਬ ਦੀ ਪੁਲਿਸ ਨੂੰ, ਮੁੱਖ ਮੰਤਰੀ ਨੂੰ ਲਿਖਿਆ ਕਿ ਜਿੰਨੇ ਗੈਂਗਸਟਰ ਹੈ ਸਾਰੇ ਕਬੱਡੀ ਕਲੱਬਸ ਨੂੰ ਆਪਣੇ ਕੰਟਰੋਲ 'ਚ ਕਰ ਲਿਆ, ਆਪਣੀ ਲੀਗ ਚਾਲੀ, ਜਿਹੜੇ ਪਲੇਅਰ ਉਹਨਾਂ ਦੀ ਟੀਮ 'ਚ ਨਹੀਂ ਖੇਡਦੇ ਉਹਨਾਂ ਨੂੰ ਧਮਕਾਇਆ ਜਾਂਦਾ ਅਤੇ ਉਹਨੂੰ ਮਾਰਿਆ ਜਾਂਦਾ। ਹਜ਼ਾਰਾਂ ਕਰੋੜਾਂ ਰੁਪਏ ਦੀ ਕਬੱਡੀ ਐਕਸਟੋਰਸ਼ਨ ਚੱਲ ਰਹੀ ਹੈ, ਦੂਜੀ ਐਕਸਟੋਰਸ਼ਨ ਚੱਲ ਰਹੀ ਹੈ, ਡਰੱਗ ਕਾਟਿਲ ਸਾਰੇ MLA ਨਾਲ ਜੁੜੇ ਆ। ਹੁਣ ਤੁਸੀਂ ਦੇਖੋ ਕੱਲ੍ਹ ਕੀ ਹੋਇਆ, ਮਲੋਟ, ਉਹ ਵੀ ਉੱਥੇ ਮਰਡਰ, ਅਤੇ ਲਾਰੈਂਸ ਬਿਸ਼ਨੋਈ ਜੇ ਜੇਲ੍ਹ 'ਚੋਂ ਕਿਹਾ ਮੈਂ ਮਾਰਿਆ। ਆਹ ਦੇਖ ਲਓ ਇੱਥੇ ਜਿਹੜਾ ਮੋਗੇ ਹੋਇਆ MLA ਕਾਂਗਰਸ ਦਾ, ਜਿਹਨੇ ਮਾਰਿਆ ਉਹਨੂੰ ਪ੍ਰੋਟੈਕਸ਼ਨ ਵਾਸਤੇ ਚਲਿਆ ਅਤੇ ਲੋਕ ਉਹਦੇ ਮਗਰ ਪੈ ਗਏ। ਮੈਂ ਤੁਹਾਨੂੰ ਜਿਹੜਾ ਅੱਜ ਕਹਿ ਰਿਹਾ ਸੀ ਕਿ ਪੰਜਾਬ ਡਰੱਗਸ ਕਿਉਂ ਵੱਧ ਗਏ ਆ, ਇਹਦਾ ਕਾਰਨ ਹੈ ਕਾਂਗਰਸ ਲੀਡਰਸ਼ਿਪ ਇਹਨਾਂ ਗੈਂਗਸਟਰ ਨੂੰ, ਇਹਨਾਂ ਸਮਗਲਰ ਨੂੰ ਪੇਟਰਨਾਈਜ਼ ਕਰ ਰਹੀ ਹੈ, ਪੁਲਿਸ ਪ੍ਰੋਟੈਕਸ਼ਨ ਦਵਾ ਰਹੀ ਹੈ। ਪੁਲਿਸ ਪ੍ਰੋਟੈਕਸ਼ਨ ਜਦੋਂ ਮਿਲ ਜਾਂਦੀ ਹੈ, ਖੁੱਲ੍ਹੀ ਛੁੱਟੀ ਦਿੱਤੀ ਹੈ, ਜਿਹੜਾ SHO ਉਹਨਾਂ ਦੀ ਅੱਖੀਂ ਲੱਗਦਾ ਉਹਨੂੰ ਬਦਲ ਦਿੰਦੇ ਹੈ। ਤੁਸੀਂ ਜਾ ਕੇ ਥਾਣੇ ਦੇਖੋ, ਪਿਛਲੇ 3 ਸਾਲਾਂ ਦੇ ਅੰਦਰ 10-10 SHO ਬਦਲ ਗਏ ਆ। ਤੁਸੀਂ ਬੜੀ ਮਾੜੀ ਗੱਲ ਆ, ਤੁਸੀਂ ਦੇਖੋ ਅੱਜ ਜਿਹੜੇ ਸਾਡੇ ਜਸਦਾਰ ਸੀ ਉਹਨਾਂ ਦੀ ਡਾਟਰ ਬੇਟੀ ਆਪ ਆਈ ਹੈ, ਉਹਦੀ ਹੁਣੀ ਸ਼ਾਦੀ ਹੋਈ ਹੈ, ਨਵਨੀਤ ਕੌਰ ਨਾਂ ਹੈ। ਅੱਜ ਜਦੋਂ SSP ਕੋਲ ਗਏ, ਪਹਿਲੀ ਗੱਲ ਜਿਹੜੀ FIR ਰਜਿਸਟਰ ਕੀਤੀ ਗਈ, ਉਸ FIR 'ਚ ਫੈਮਿਲੀ ਦੇ ਕਹਿਣ 'ਤੇ ਨਹੀਂ, ਜਿਹੜੀ ਫੈਮਿਲੀ ਨੇ ਜੋ FIR ਰਜਿਸਟਰ ਕਰਵਾਉਣੀ ਸੀ ਉਹ ਨਹੀਂ ਕੀਤੀ, ਪੁਲਿਸ ਨੇ ਸੁੱਖੀ ਰੰਧਾਵਾ ਦੇ ਕਹਿੰਦੇ ਆਪਣੀ FIR ਬਣਾਤੀ। ਇਹਨਾਂ ਨੇ DGP ਨੂੰ ਲਿਖਿਆ ਕਿ ਸਾਡੇ ਕਿਉਂਕਿ ਇੱਕ ਕਸੂਲ ਹੈ ਕਿ ਜਿਹੜਾ FIR ਜਿਹਦੀ ਮਰਡਰ ਹੁੰਦਾ ਜਾਂ ਜਿਹਦੀ ਹਾਦਸਾ ਹੁੰਦਾ ਉਹ FIR ਰਜਿਸਟਰ ਕਰਾਉਂਦਾ। ਇਹਨਾਂ ਨੇ DGP ਨੂੰ ਕਿਹਾ ਕਿ ਸਾਡੇ ਫਾਦਰ ਦੀ ਡੈਥ ਹੋਈ ਹੈ,
असी एफ आई रजिस्टर करवानी है, हले तक नहीं कर दी, हले तक, क्योंकि कांग्रेस की गवर्नमेंट की प्रोटेक्शन है। तो वड्डी गल है, कल एस एस पी साहब मिल गए, इन्होंने कहा कि आ सानू फिर तो थ्रेट्स आए हैं। कल ही गल है, एस एस पी घूमन जिहड़ा बटाले उत्थे है, कल एस एस पी बेटी गई उन्होंने कोले कि आ सानू थ्रेट्स फिर तो आ गए है। एस एस पी ने इन्हों का मोबाइल फड़िया, तो जिहड़े मैसेजेस सामने डिलीट करते हैं।